ਦੇਖੋ ਜੋ ਇਹ ਮੌਤਾਂ ਡਾਇਰੀਏ ਦੇ ਕਾਰਨ ਹੋਈਆਂ ਉਹ ਇੱਕ ਬਹੁਤ ਮੰਦਭਾਗੀ ਗੱਲ ਹੈ। ਪ੍ਰਬੰਧਾਂ ਦਾ ਇਹ ਸਮਝ ਲਓ ਪ੍ਰਬੰਧ ਹੈ ਨਹੀਂ। ਔਰ ਇਹ ਠੀਕ ਹੈ ਕਿ ਕਾਰਪੋਰੇਸ਼ਨ 'ਚ 45 ਕੌਂਸਲਰ ਕਾਂਗਰਸ ਪਾਰਟੀ ਦੇ ਜਿੱਤੇ ਨੇ, ਲੇਕਿਨ ਇਹੀ ਕੌਂਸਲਰ ਇਹੀ ਮੇਅਰ ਕਾਂਗਰਸ ਦੇ ਰਾਜ 'ਚ ਵੀ ਸੀ, ਕੰਮ ਠੀਕ ਚੱਲ ਰਿਹਾ ਸੀ। ਤੇ ਐਸਾ ਕੀ ਹੋਇਆ ਕਿ ਵੀ ਅਚਾਨਕ 2022 ਦੇ ਬਾਅਦ, ਮਾਰਚ ਦੇ ਬਾਅਦ ਕੰਮ ਹੋਣੇ ਬੰਦ ਹੋ ਗਏ, ਸਫਾਈ ਹੋਣੀ ਬੰਦ ਹੋ ਗਈ, ਸੀਵਰੇਜ ਚੋਕ ਹੈ ਤੇ ਚੋਕ ਹੈ, ਲਾਈਟ ਨਹੀਂ ਬਲਦੀ ਤੇ ਨਹੀਂ ਬਲਦੀ। ਜੇ ਟਿਊਬਵੈਲ 11 ਲਾਏ ਸੀ ਉਹਨਾਂ ਚੋਂ 3 ਤਾਂ ਅਸੀਂ ਪਹਿਲਾਂ ਚਲਾ ਲਏ, ਉਹਨਾਂ ਚੋਂ ਜਿਹੜੇ 8 ਸੀ ਉਹਨਾਂ ਚੋਂ ਕਿੰਨੇ ਚੱਲੇ, ਕਿੰਨਾ ਟਾਈਮ ਲਿਆ, ਸਾਰਾ ਕੁਝ ਤਿਆਰ ਸੀ। ਲੇਕਿਨ ਇਹ ਸਿਰਫ ਮੈਂ ਸਮਝਦਾ ਕਿ ਕਮਿਸ਼ਨਰ ਸਾਹਿਬ ਜਿਨ੍ਹਾਂ ਕੋਲ ਐਗਜ਼ੈਕਟਿਵ ਪਾਰ ਆ, ਜਿਨ੍ਹਾਂ ਨੇ ਸਾਰਿਆਂ ਦੇ ਤਬਾਦਲੇ ਕਰਨੇ ਹੁੰਦੇ ਆ, ਜਿਨ੍ਹਾਂ ਨੇ ਸਾਰੇ ਮੁਲਾਜ਼ਮਾਂ ਤੋਂ ਕੰਮ ਲੈਣੇ ਹੁੰਦੇ ਆ ਤੇ ਪ੍ਰਬੰਧ ਕਰਨੇ ਹੁੰਦੇ ਆ। ਔਰ ਸਾਰਿਆਂ ਨੂੰ ਦੁੱਖਦਾਈ ਗੱਲ ਇਹ ਆ ਕਿ ਕਮਿਸ਼ਨਰ ਸਾਹਿਬ ਲੋੜ ਹੀ ਨਹੀਂ ਸਮਝਦੇ ਕਿ ਵੀ ਹਾਊਸ ਦੀ ਮੀਟਿੰਗ ਹੋਵੇ। ਜਦ ਉਹਨਾਂ ਨੂੰ ਪੁੱਛੋ ਕਹਿੰਦੇ ਕੰਮ ਕੀ ਆ, ਕੰਮ ਤਾਂ ਹੈ ਹੀ ਕੋਈ ਨਹੀਂ, 14 ਕਰੋੜ 60 ਲੱਖ ਰੁਪਇਆ ਕਾਰਪੋਰੇਸ਼ਨ ਦੇ ਖਾਤੇ 'ਚ ਪਿਆ ਹੋਵੇ। ਇਹ 3 ਮਹੀਨੇ ਪਹਿਲਾਂ ਦੀ ਗੱਲ ਕਰਦਾ, ਹੁਣ ਹੋਰ ਕਿਤੇ ਉਹ ਪੈਸੇ ਆ ਗਏ, ਹੁਣ ਤਾਂ ਵੱਧ ਗਿਆ ਹੋਊਗਾ। ਹਾਊਸ ਦੇ ਪੁਰਾਣੇ ਕੰਮ ਪਾਸ ਕੀਤੇ ਹੋ, ਇਸੇ ਕਮਿਸ਼ਨਰ ਦੇ ਦੌਰਾਨ 6-7 ਮਹੀਨੇ ਪਹਿਲਾਂ 1 ਕਰੋੜ 14 ਲੱਖ ਰੁਪਇਆ ਕੇਬਲ ਪਰਚੇਸ ਕਰਨੀ ਸੀ ਤਾਂ ਕਿ ਜਿਹੜੀਆਂ ਲਾਈਟਸ ਜਗ੍ਹਾ ਜਗ੍ਹਾ ਨਹੀਂ ਚੱਲ ਰਹੀਆਂ ਚੱਲਣ, ਉਹਦਾ ਟੈਂਡਰ ਹੀ ਨਹੀਂ ਲਾਇਆ। ਪਰ ਮੈਨੂੰ ਪਤਾ, ਅਸੀਂ 24 ਸਾਲ ਦਾ ਮੈਂ ਰਾਜਨੀਤੀ 'ਚ ਹਾਂ, ਔਰ ਮੈਂ ਇੱਦਾਂ ਕਦੇ ਨਹੀਂ ਵੇਖਿਆ ਕਿ ਵੀ ਇਸ ਤਰ੍ਹਾਂ ਕੋਲਰੇ ਨਾ ਮੌਤਾ ਹੋ, ਡਾਇਰੀਆ ਨਾ ਮੌਤਾ ਹੋ। ਔਰ ਡਾਇਰੀਆ ਜਿਹੜਾ ਫੈਲਿਆ ਉਹਦਾ ਕਾਰਨ ਕੀ ਆ ਕਿ ਸੀਵਰੇਜ ਦਾ ਪਾਣੀ ਦੀ ਸਪਲਾਈ ਇਕੱਠੀ ਹੋ ਗਈ। ਉਹ ਕਿਹਨੇ ਪ੍ਰਬੰਧ ਕਰਨੇ ਆ? ਜੇ ਸੀ ਬਹੁਤ ਬਹੁਤ ਜਗ ਬਹੁਤ ਸਾਰੀਆਂ ਜਗ੍ਹਾ ਸ਼ਹਿਰ 'ਚ ਹੋਣਗੀਆਂ ਜਿੱਥੇ ਲੀਕੇਜ ਆ, ਲੇਕਿਨ ਜਦੋਂ ਤੁਹਾਡਾ ਡਰੇਨ ਪਾਣੀ ਨਾਲ ਭਰੀ ਹੋਏਗੀ ਤੇ ਉਹ ਫਿਰ ਪਾਣੀ ਮਿਕਸ ਹੋਏਗਾ। ਇਹਨਾਂ ਨੂੰ ਕਿਹਾ ਗਿਆ ਕਿ ਸੁਪਰ ਸੈਕਸ਼ਨ ਮਸ਼ੀਨ ਚਲਾਈ ਜਾਵੇ, ਆਪਾਂ ਨੂੰ ਘੱਟੋ ਘੱਟ 1 ਕਰੋੜ 1.5 ਕਰੋੜ 2 ਕਰੋੜ ਰੁਪਇਆ ਜਿੰਨਾ ਲੱਗਦਾ ਲਾਇਆ ਜਾਵੇ। ਔਰ ਜਿਹੜੀਆਂ ਮੁਹੱਲਿਆਂ 'ਚੋਂ ਗਲੀਆਂ ਨਾਲੀਆਂ ਜਿਹੜੇ ਸੀਵੇਜ ਹੈ ਛੋਟੇ, ਉਹਨਾਂ ਨੂੰ ਛੋਟੀ ਜਟਿੰਗ ਮਸ਼ੀਨਾਂ ਸਾਫ਼ ਕੀਤਾ ਜਾਵੇ। ਮੈਂ ਕਿਹਾ ਜੀ 20 ਦਿਨ ਮੈਂ ਟਰਾਈ ਕਰ ਚੁੱਕਿਆ, ਬਹੁਤ ਕਾਮਯਾਬ ਹੈ, 9 ਲੱਖ ਰੁਪਇਆ ਮਹੀਨਾ ਲੱਗੇਗਾ, ਉਹਨੂੰ ਹੋਰ ਘਟਾਇਆ ਜਾ ਸਕਦਾ, ਲੇਕਿਨ ਇਹ ਕਾਮਯਾਬ ਹੈ। ਔਰ ਡਰੇਨਾਂ ਦੀ ਸਫਾਈ ਜਿਵੇਂ ਘਰ 'ਚ ਪੋਚਾ ਲਾਇਆ, ਇਸ ਤਰ੍ਹਾਂ ਦੀ ਕੀਤੀ ਜਿੱਥੇ ਜਿੱਥੇ ਵੀ ਕੀਤੀ। ਮੇਰੇ ਖਿਆਲ ਨਾਲ ਕੁਝ ਪੱਤਰਕਾਰ ਵੀਰ ਵੀ ਜਾਣਦੇ ਇਸ ਗੱਲ ਨੂੰ, ਉਹਨਾਂ ਦੇ ਮੁਹੱਲਿਆਂ 'ਚ ਵੀ ਹੋਈ ਹੈ, ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਜੇ ਪਹਿਲੀ ਵਾਰ ਹੋਇਆ। ਔਰ ਜੇ ਉਹਨੂੰ ਚਾਲੂ ਕੀਤਾ ਤਾਂ ਇਹਨਾਂ ਨੂੰ ਅਸੀਂ ਹਾਊਸ ਦੀ ਮੀਟਿੰਗ 'ਚ ਕਿਹਾ ਵੀ 50-50 ਲੱਖ ਰੁਪਏ ਤੋਂ ਥੱਲੇ ਆਪਾਂ ਉੱਪਰੋਂ ਸੈਂਕਸ਼ਨ ਲੈਣ ਦੀ ਲੋੜ ਨਹੀਂ, ਤੁਸੀਂ ਪਾਸ ਕਰੋ ਤੇ ਟੈਂਡਰ ਲਾਓ। ਟੈਂਡਰ ਨਹੀਂ ਲਾਏ ਪਹਿਲਾਂ, ਫਿਰ ਧੱਕੇ ਗੱਲਬਾਤ ਕੀਤੀ, ਟੈਂਡਰ ਲਾਓ ਟੈਂਡਰ ਲਾਓ। ਉਹ ਵੇਟ ਕਰ ਰਹੇ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਕੋਡ ਲੱਗ ਜਾਏ, ਕੋਡ ਥੋੜ੍ਹਾ ਡਿਲੇ ਹੋ ਗਿਆ। ਮੈਂ ਕਿਹਾ ਜੀ ਵਰਕ ਆਰਡਰ ਦਿਓ, ਵਰਕ ਆਰਡਰ ਨਹੀਂ ਦਿੱਤਾ, ਕੋਡ ਲੱਗ ਗਿਆ। ਤੇ 1 ਜੂਨ ਨੂੰ ਵੋਟਾਂ ਪੈ ਗਈਆਂ,
5-7 ਜੂਨ ਨੂੰ ਕੋਰਟ ਖਤਮ ਹੋ ਗਿਆ ਹੋਊਗਾ, ਲੇਕਿਨ ਅੱਜ ਤਾਈਂ ਵੀ ਕੰਮ ਚਾਲੂ ਨਹੀਂ ਹੋਇਆ। ਇੱਕ ਇਹਦੀ ਨਲਾਇਕੀ ਆ। ਔਰ ਦੂਜਾ ਆਈਟਮ ਜਿਹੜੀ ਪਾਸ ਅਸੀਂ ਕੀਤੀ ਹਾਊਸ ਦੇ ਵਿੱਚ, ਮਾਨਯੋਗ ਕਮਿਸ਼ਨਰ ਸਾਹਿਬ ਨੇ ਉਹ ਐਂਟਰੀ ਨਹੀਂ ਕੀਤੀ। ਦੂਸਰੀ ਆਈਟਮ ਇਹ ਸੀਗੀ ਕਿ 50 ਲੱਖ ਤੋਂ 45 ਲੱਖ ਰੁਪਇਆ ਆਪਾਂ ਜਿਹੜੇ ਮਹੱਲਿਆਂ ਦੇ ਸੀਵਰੇਜ ਆ ਉਹਨਾਂ ਨੂੰ ਸਾਫ ਕਰਨ ਲਈ ਜੈਟਿੰਗ ਮਸ਼ੀਨ ਤੇ ਇੱਕ ਉਹ ਸਕਸ਼ਨ ਪੰਪ ਟਰੈਕਟਰ ਮਗਰ ਜਿਹੜਾ ਤੁਸੀਂ ਦੇਖਿਆ ਸੀਗਾ, ਉਹਨਾਂ ਨੇ ਨਾ ਜੀ ਨਾ ਆਈਟਮ ਪਾਸ ਹੀ ਨਹੀਂ ਕੀਤੀ, ਰਿਕਾਰਡ ਹੀ ਨਹੀਂ ਕੀਤੀ। ਅਸੀਂ ਹਾਊਸ ਨੇ ਪਾਸ ਕੀਤੀ, ਮੈਂ ਵਿੱਚ ਬੈਠਾ ਕਿ ਦੋ ਆਈਟਮਾਂ ਨਹੀਂ, ਲਾਈਟਾਂ ਨਹੀਂ, ਸੁਪਰ ਸਕਸ਼ਨ ਮਸ਼ੀਨ ਜਿਹੜੀ ਮੇਨ ਲਾਈਨ ਤੋਂ ਸਕਸ਼ਨ ਕਰੇਗੀ ਉਹ ਨਾ ਜੀ ਨਾ ਨਾ ਜੀ ਨਾ ਉਹਦਾ ਕੰਮ ਕਰਾਉਣ ਦਾ ਟੈਂਡਰ ਹੁੰਦਾ ਕਿ ਪਰ ਮੀਟਰ ਉਹ ਲੈਂਦੇ ਆ, ਜੋ ਵੀ ਟੈਂਡਰ ਹੋਵੇ, ਮੈਨੂੰ ਤਾਂ ਇਹ ਪਤਾ ਨਹੀਂ ਕੀ ਟੈਂਡਰ ਦਾ ਰੇਟ ਆ, ਅਤੇ 9 ਮੀਟਰ ਤਾਂ ਸਾਫ਼ ਹੁੰਦਾ। ਔਰ 50 ਲੱਖ ਰੁਪਏ ਤੋਂ ਥੱਲੇ 45-50 ਕਿ ਜਿਹੜੀਆਂ ਗਲੀਆਂ ਮੁਹੱਲੇ ਦੀਆਂ ਉਹਨਾਂ ਦੀਆਂ ਲਾਈਨਾਂ ਸਾਫ਼ ਕਰਨ ਲਈ, ਜਿੱਦਾਂ ਮੈਂ 9 ਲੱਖ ਰੁਪਇਆ ਪਰ ਮਹੀਨੇ, ਫਿਰ ਮੈਨੂੰ 3 ਮਹੀਨੇ ਆਪਣੀ ਜੇਬ 'ਚੋਂ ਪੈਸੇ ਦੇਣੇ ਪਏ, ਅਤੇ ਮੈਂ ਪਾਇਆ ਹੀ ਨਹੀਂ, ਰਿਕਾਰਡ ਹੀ ਨਹੀਂ ਕੀਤਾ ਮੀਟਿੰਗ 'ਚ। ਦਿਸ ਇਜ਼ ਗ੍ਰੇਟ ਵਾਇਲੇਸ਼ਨ। ਇਹਦੀ ਇਨਕੁਆਇਰੀ ਹੋ ਕੇ ਪਰਚਾ ਹੋਣਾ ਚਾਹੀਦਾ ਕਮਿਸ਼ਨਰ 'ਤੇ ਜਾਂ ਜਿਸ ਵੀ ਅਫਸਰ ਨੇ ਉਹ ਕੰਮ ਕੀਤਾ, ਕਮਿਸ਼ਨਰ ਦੀ ਮਰਜ਼ੀ ਨਾਲ ਹੀ ਹੋਇਆ। ਹੁਣ ਦੇਖੋ ਐਡਾ ਵੱਡਾ ਹਾਦਸਾ ਹੋਇਆ, ਡਾਇਰੀਆ ਹੋ ਜਾਣਾ ਇੱਕ ਚੀਜ਼ ਆ, ਕੋਲਰਾ ਇਜ਼ ਵੈਰੀ ਡੇਂਜਰਸ, ਕੋਲਰੇ ਦੇ ਦੋ ਪੇਸ਼ੈਂਟ ਡਿਟੈਕਟ ਹੋ ਚੁੱਕੇ ਕਪੂਰਥਲੇ 'ਚ, ਔਰ ਸਾਡੀ ਸਰਕਾਰ ਨੂੰ, ਹੈਲਥ ਮਿਨਿਸਟਰ ਨੂੰ ਵੀ ਔਰ ਲੋਕਲ ਸੈਲਫ ਗੌਰਮੈਂਟ ਦੇ ਵਜ਼ੀਰ ਨੂੰ ਵੀ ਬਹੁਤ ਗੰਭੀਰਤਾ ਨਾਲ ਇਸ ਗੱਲ ਨੂੰ ਸੋਚਣਾ ਚਾਹੀਦਾ। ਕੱਲ੍ਹ ਮੈਨੂੰ ਪਤਾ ਲੱਗਾ ਕਿ ਵਜ਼ੀਰ ਸਾਹਿਬ ਆਏ ਆ, ਮੈਂ ਕਿਹਾ ਵੀ ਵਜ਼ੀਰ ਜੇ ਮੈਂ ਕਪੂਰਥਲੇ 'ਚ ਰਾਣਾ ਸਾਂਝਾ, ਮੇਰੇ ਨਾਲ ਬਾਕੀ ਦੇ ਇਲੈਕਸ਼ਨ ਲੜੇ ਆ, ਚਾਹੇ ਅਕਾਲੀ ਦਲ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਬੀਜੇਪੀ ਹੋਵੇ, ਉਹਨਾਂ ਦਾ MLA ਤਾਂ ਮੈਂ ਹੀ ਹਾਂ ਨਾ, ਗੱਲ ਤਾਂ ਮੇਰੇ ਨਾਲ ਹੀ ਕਰਨਗੇ, ਮੇਰੇ ਨਾਲ ਕਰਨੀ ਚਾਹੀਦੀ ਆ, ਮੇਰੇ ਨੋਟਿਸ 'ਚ ਲਿਆਉਣ ਤਾਂ ਮੇਰਾ ਫਰਜ਼ ਹੈ ਕਿ ਮੈਂ ਉਸ ਗੱਲ 'ਤੇ ਪੂਰਾ ਉਤਰਾਂ। ਤਾਂ ਮੈਂ ਕਿਹਾ ਵੀ ਅੱਜ ਵਜ਼ੀਰ ਤਾਂ ਸਾਂਝਾ ਹੁੰਦਾ, ਮੈਂ ਗਿਆ, ਮੈਂ ਜਾ ਕੇ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਲੇਕਿਨ ਗੱਲ ਹੈ, ਮੈਂ ਕਿਹਾ ਜੀ ਅੱਜ ਤੁਸੀਂ ਆ ਗਏ ਹੋ ਔਰ ਮੌਤਾਂ ਹੋਈਆਂ ਔਰ ਸੀਵਰੇਜ ਨਾ ਸਾਫ਼ ਕਰਨ ਦੀ ਵਜ੍ਹਾ ਨਾਲ ਹੋਈਆਂ ਔਰ ਟੈਂਡਰ ਲੱਗੇ ਨੂੰ ਇੰਪਲੀਮੈਂਟ ਨਾ ਕਰਾਉਣਾ, ਔਰ ਇਹਦੇ ਨਾਲ ਵੱਡਾ ਕਿਹਨੇ ਦੇਖਣੇ ਸੀ, 50 ਲੱਖ ਕਿਉਂ, 2 ਕਰੋੜ ਦਾ ਟੈਂਡਰ ਲੱਗਣਾ ਚਾਹੀਦਾ, ਜਿੰਨਾ ਵੀ ਇਹ ਸਾਫ਼ ਕਰੋ, ਜਨਤਾ ਦਾ ਪੈਸਾ 14 ਕਰੋੜ 60 ਲੱਖ ਰੁਪਏ ਦੇ ਉੱਤੇ ਤੁਸੀਂ ਬੈਠੇ ਹੋ, ਉਹ ਕਿਹਦੇ ਲਈ, ਉਹ ਲਿਜਾਣਾ ਕਿੱਥੇ, ਲਿਜਾ ਤੁਸੀਂ ਸਕਦੇ ਨਹੀਂ, ਲਾਓ। ਜਾਂ ਤਾਂ ਮੈਂ ਕਿਹਾ ਮੰਤਰੀ ਜੀ ਤੁਹਾਡੀ ਹਦਾਇਤ ਹੈ ਕਿ ਕੋਈ ਕੰਮ ਨਹੀਂ ਕਰਨਾ, ਫਿਰ ਤਾਂ ਇਸ ਕਮਿਸ਼ਨਰ ਦਾ ਕੋਈ ਕਸੂਰ ਨਹੀਂ, ਫਿਰ ਇਹਦਾ ਮਤਲਬ ਸਰਕਾਰ ਨਹੀਂ ਚਾਹੁੰਦੀ ਕਿ ਕੰਮ ਹੋਣ। ਤਾਂ ਜੇ ਤੁਸੀਂ ਇਹੋ ਜਿਹੀ ਹਦਾਇਤ ਕੋਈ ਨਹੀਂ ਕੀਤੀ ਤਾਂ ਫਿਰ ਕਮਿਸ਼ਨਰ ਸ਼ੁੱਡ ਬੀ ਹੈਲਡ ਰਿਸਪੋਂਸੀਬਲ। ਅੱਜ ਇਹ ਮੌਤਾਂ ਜਿੰਨੀਆਂ ਹੋਈਆਂ ਉਹਨਾਂ ਦਾ 302 ਦਾ ਪਰਚਾ ਸਾਡੀ ਕਮਿਸ਼ਨਰ ਅਨੁਪਮ ਕਲੇਰ 'ਤੇ ਹੋਣਾ ਚਾਹੀਦਾ, ਔਰ ਉਹਨਾਂ 4 ਬੰਦਿਆਂ ਨੂੰ ਦੇਖੋ ਦੁੱਖ ਪਤਾ ਕਿਸ ਗੱਲ ਦਾ, ਜਦੋਂ ਨੌਕਰੀ ਲੈਣੀ ਆ ਤਾਂ ਰਿਜ਼ਰਵ ਕੋਟੇ 'ਚ, ਅਤੇ ਜਦੋਂ ਮਿਲ ਗਈ, ਮਾਲਕ ਨੇ ਕਿਰਪਾ ਕਰ ਦਿੱਤੀ, ਤੁਸੀਂ ਆਲਾ ਅਫਸਰ ਬਣ ਗਏ ਹੋ, ਤਾਂ ਮਰੇ ਕੌਣ, ਗਰੀਬ ਜਨਤਾ, ਸ਼ਡਿਊਲ ਕਾਸਟ ਲੋਕ 4, ਉਹਨਾਂ 'ਚ ਜਨਰਲ ਕਲਾਸ ਦਾ ਕੋਈ ਹੋਇਆ ਤਾਂ ਮੈਨੂੰ ਦੱਸੋ। ਇਹ ਯਾਰ ਬੜੇ ਗੰਭੀਰ ਮਸਲਾ, ਅਸੀਂ ਸ਼ਡਿਊਲ ਕਾਸਟ ਹੋ ਕੇ ਵੀ ਆਪਾਂ ਉਹਨਾਂ ਗਰੀਬ ਜਨਤਾ ਦਾ ਨਾ ਸੋਚੀਏ, ਇਹ ਬਹੁਤ ਮਾੜੀ ਗੱਲ, ਇਹ ਉਦੋਂ ਮੰਦਭਾਗੀ ਆ। ਅਮੀਰ ਆਦਮੀ ਦਾ ਤਾਂ ਚਲੋ ਜੇ ਬਿਮਾਰ ਹੋ ਗਿਆ, ਪਰ ਰੱਬ ਕਿਸੇ ਨੂੰ ਬਿਮਾਰ ਕਰੇ ਨਾ,
ਉਹਦੇ ਕੋਲ ਸਾਧਨ ਵੀ ਹੁੰਦੇ ਆ। ਗਰੀਬ ਜਨਤਾ ਬਹੁਤ ਸਾਰੇ ਇਹੋ ਜਿਹੇ ਆ ਜਿਨ੍ਹਾਂ ਨੇ ਹਸਪਤਾਲ 'ਚ ਵੀ ਨਹੀਂ, ਜਿਹੜੇ ਹਸਪਤਾਲ 'ਚ ਵੀ ਨਹੀਂ ਆਏ, ਆਪਣਾ ਇਲਾਜ ਪ੍ਰਾਈਵੇਟਲੀ ਛੋਟੇ ਡਾਕਟਰਾਂ ਤੋਂ, ਵੱਡਿਆਂ ਡਾਕਟਰਾਂ ਤੋਂ ਕਰਾ ਰਹੇ, ਨਹੀਂ ਕਰਾ ਰਹੇ। ਇਹ ਯਾਰੋ ਇਹ ਬੜਾ ਦੁੱਖਦਾਈ ਆ। ਪ੍ਰਮੁੱਖ ਦੀ ਗੱਲ ਤਾਂ ਇਹ ਆ, ਅੱਜ ਹੋਰ ਕੋਈ ਗੱਲ ਨਹੀਂ ਕਰਨੀ। ਅੱਜ ਪ੍ਰੈਸ ਕਾਨਫਰੰਸ ਇਸ ਲਈ ਸੱਦੀ ਆ ਕਿ ਕੱਲ੍ਹ ਮੰਤਰੀ ਜੀ ਨੂੰ ਗੱਲ ਕੀਤੀ ਸੀ, ਅੱਜ ਕਰੀਬ 24 ਘੰਟੇ ਹੋ ਗਏ ਆ ਕਿ ਇਹਨੂੰ ਸਸਪੈਂਡ ਕਰੋ। ਮੰਤਰੀ ਜੀ ਦਾ ਬਿਆਨ ਹੈ ਕਿ ਮੌਕੇ ਦੇ ਹਿਸਾਬ ਨਾਲ ਬਹੁਤ ਮੰਦਭਾਗਾ। ਮੰਤਰੀ ਜੀ ਅੱਜ ਵੀ ਸ਼ੱਕ ਕਰਨ, ਉੱਥੇ ਡਾਕਟਰ ਕਹਿ ਰਹੇ ਡਾਇਰੀਆ ਨਾਲ ਡੈਥ ਆ, ਇਹ ਮਿਕਸ ਹੋਇਆ ਪਾਣੀ। ਅਤੇ ਮੰਤਰੀ ਜੀ ਦੀ ਇਹ ਸਟੇਟਮੈਂਟ ਮੈਨੂੰ ਨਹੀਂ ਚੰਗੀ ਲੱਗੀ। ਮੰਤਰੀ ਜੀ ਇੱਥੇ ਤੁਸੀਂ ਬਿਲਕੁਲ ਸਰਾਸਰ ਗਲਤ ਹੈ। ਕੱਲ੍ਹ ਮੈਂ ਤੁਹਾਨੂੰ ਪ੍ਰੋਟੈਕਟ ਕੀਤਾ, ਮੈਂ ਤੁਹਾਨੂੰ ਹਸਪਤਾਲ ਦੇ ਬਾਰੇ ਵੀ ਕੋਈ ਗੱਲ ਨਹੀਂ ਕਰਨ ਦਿੱਤੀ। ਮੈਂ ਕਿਹਾ ਵੀ ਅੱਜ ਅਸੀਂ ਹਸਪਤਾਲ ਦੀਆਂ ਗੱਲਾਂ ਕਰੀਏ, ਲੋਕ ਮਰ ਰਹੇ ਨੇ, ਸਾਡੀ ਲੋੜ ਅੱਜ ਕੀ ਆ ਕਿ ਜਿਹੜੇ ਡਾਇਰੀਏ ਨਾਲ ਜਾਂ ਕੋਲਰਾ ਜਿਹੜਾ ਆਇਆ, ਕੋਲਰਾ ਕੰਟਰੋਲ ਕਰਨਾ ਇੰਨਾ ਸੌਖਾ ਨਹੀਂ ਹੁੰਦਾ। ਔਰ ਸਿਵਲ ਸਰਜਨ ਲੱਗੀ ਆ, ਸਾਡਾ ਸਾਰਾ ਹਸਪਤਾਲ ਦਾ ਸਟਾਫ ਲੱਗਾ, ਲੇਕਿਨ ਹੋਣ ਕਿਉਂ ਇਹ ਕਾਰਨਾਮੇ? ਅੱਜ ਸਰਕਾਰ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਜੇ 2 ਦਿਨਾਂ ਦੇ ਵਿੱਚ ਇਹਨਾਂ ਨੂੰ ਸਸਪੈਂਡ ਨਾ ਕੀਤਾ ਗਿਆ, ਕਮਿਸ਼ਨਰ ਸਾਹਿਬ ਨੂੰ ਇਨਕੁਆਇਰੀ ਨਾ ਲਾਈ ਗਈ, ਤਾਂ ਕਪੂਰਥਲੇ ਦੇ ਲੋਕਾਂ 'ਚ ਰੋਸ ਰਹੇਗਾ, ਕਪੂਰਥਲਾ ਦੇ ਲੋਕਾਂ 'ਚ ਰਾਣੇ ਲਈ ਵੀ ਰੋਸ ਰਹੇਗਾ, ਇਹਨਾਂ ਕੌਂਸਲਰਾਂ ਲਈ ਵੀ ਰੋਸ ਰਹੇਗਾ ਕਿ ਯਾਰ ਤੁਸੀਂ ਇਨਸਾਫ਼ ਨਹੀਂ ਦਵਾ ਸਕਦੇ। ਮੈਂ ਤੁਹਾਨੂੰ ਦੱਸਦਾ, 2 ਦਿਨਾਂ ਬਾਅਦ ਅਸੀਂ 2 ਘੰਟੇ ਇੱਥੇ ਧਰਨਾ ਲਾਵਾਂਗੇ, ਰੋਜ਼ ਦਫ਼ਤਰ ਆਉਣ ਤੋਂ ਪਹਿਲਾਂ ਰੋਜ਼ ਹੈਂ। ਔਰ ਉਹਦੇ ਵਿੱਚ ਫਿਰ ਮੇਰੇ ਖਿਆਲ ਨਾਲ ਸਰਕਾਰ ਦੀ ਬਦਨਾਮੀ ਹੋਏਗੀ, ਔਰ ਲੋਕਾਂ ਦੇ ਜੇ ਮਨ 'ਚ ਠੰਡ ਪਾਉਣੀ ਆ, ਔਰ ਐਡਮਿਨਿਸਟ੍ਰੇਸ਼ਨ ਸਟਰੋਂਗ ਕਰਨੀ ਆ, ਅਤੇ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਸਰਕਾਰ ਨੂੰ। ਇਹਦੇ 'ਚ ਕੀ ਬੁਰਾਈ ਹੈ ਬਈ? ਰਿਸਪੋਂਸੀਬਿਲਟੀ ਕਿਸੇ ਦੀ ਤਾਂ ਫਿਕਸ ਕਰੋ। ਹੁਣ ਇਹ ਨਾ ਹੋਵੇ ਕਿ ਤੁਸੀਂ ਛੋਟੇ ਮੁਲਾਜ਼ਮਾਂ ਦੇ ਉੱਤੇ ਰਿਸਪੋਂਸੀਬਿਲਟੀ ਫਿਕਸ ਕਰੋ। ਨੋ, ਵੀ ਵਿਲ ਨੋਟ ਟੋਲਰੇਟ ਦੈਟ। ਯਾਰ ਮੇਰੀ ਗੱਲ ਸੁਣੋ, ਕਾਰਨ ਮੈਂ ਕੀ ਦੱਸਾਂ? ਇੱਕ ਜਗ੍ਹਾ ਲਈ ਕੇਪੇਬਲ ਨਹੀਂ ਹੋ, ਐਂਡ ਸ਼ੀ ਇਜ਼ ਬੀਨ ਗਿਵਨ 2 or 3 ਚਾਰਜਸ। ਇਹ ਮੈਂ ਤਾਂ ਨਹੀਂ ਦਿੱਤੇ, ਜਿਹਨੇ ਦਿੱਤੇ ਉਹ ਦੱਸੇ ਕਿਉਂ ਦਿੱਤੇ? ਕੇਪੇਬਿਲਟੀ ਬੜੀ ਵੱਡੀ ਚੀਜ਼ ਆ। ਅਫਸਰ ਕਈ ਕੇਪੇਬਲ ਹੁੰਦੇ, ਹੋ ਸਕਦਾ 4 ਜਗ੍ਹਾ ਵੀ ਕੰਟਰੋਲ ਕਰ ਲੈਣਾ, ਲੇਕਿਨ ਇਹ ਤੋਂ ਤਾਂ ਗਰੀਬ ਇਹ 1 ਜਗ੍ਹਾ ਨਹੀਂ ਹੋਇਆ ਕੰਟਰੋਲ, ਅਤੇ 2 ਜਗ੍ਹਾ ਦਾ ਚਾਰਜ, ਇਹ ਬਹੁਤ ਬਹੁਤ ਮਾੜੀ ਗੱਲ ਹੈ। ਦੇਖੋ ਕੱਲ੍ਹ ਮੰਤਰੀ ਜੀ ਵੀ ਆਏ, ਉਹਨਾਂ ਨੂੰ ਬੇਨਤੀ ਕੀਤੀ ਕਿ ਜੋ ਮੌਤਾਂ ਹੋਈਆਂ ਇਹਨਾਂ ਦਾ ਜ਼ਿੰਮੇਵਾਰ ਕਮਿਸ਼ਨਰ ਹੈ, ਇਹ ਸਾਡਾ ਆਰੋਪ ਆ, ਔਰ ਉਹਨਾਂ ਦੇ ਉੱਤੇ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ, ਜਾਂ ਉਚਿਤ ਕਾਰਵਾਈ ਜੋ ਵੀ ਹੋਵੇ। ਮੈਂ ਕੌਣ ਹੈ ਕਹਿਣ ਵਾਲਾ, ਲੇਕਿਨ ਉਹਨਾਂ ਨੂੰ ਤੁਰੰਤ ਸਸਪੈਂਡ ਕਰੋ, ਇਨਕੁਆਇਰੀ ਕਰੋ, ਪਰਚਾ ਦਰਜ ਕਰੋ, ਇਹ ਸਾਡੀ ਡਿਮਾਂਡ ਹੈ। ਐਡਮਿਨਿਸਟ੍ਰੇਸ਼ਨ ਇੱਦਾਂ ਚੱਲਦੀ ਆ। ਬੜਾ ਅਫਸੋਸ ਹੈ ਮੈਨੂੰ ਕਿ ਇੱਕ ਵਜ਼ੀਰ ਨੂੰ DC ਦੱਸੇ ਕੰਨ 'ਚ, ਅਤੇ DC ਦੀ ਗੱਲ ਸੁਣ ਕੇ ਅਤੇ ਮੰਤਰੀ ਕਹਿ ਦੇਵੇ ਕਿ ਕੰਪਨਸੇਸ਼ਨ ਦੇ ਬਾਰੇ ਦੇਖਾਂਗੇ ਡਾਇਰੀਏ ਨਾਲ ਡੈਥ। ਉਹ ਯਾਰ ਸਿਵਲ ਹੋਸਪਿਟਲ ਦੇ ਵਿੱਚ ਬੈਠੇ ਹੋ ਤੁਸੀਂ, ਸਿਵਲ ਹੋਸਪਿਟਲ ਦੇ ਡਾਕਟਰ ਕਹਿ ਰਿਹਾ ਕਿ ਡਾਇਰੀਏ ਨਾਲ ਡੈਥ ਹੋ ਰਹੀਆਂ, ਮਰੀਜ਼ ਉੱਥੇ ਡਾਇਰੀਏ ਵਾਲੇ ਆ। ਹੁਣ ਡਾਇਰੀਏ ਤਾਂ ਛੋਟੀ ਚੀਜ਼ ਆ,
ਜਿਹੜਾ ਕੋਲਰਾ ਡਿਟੈਕਟ ਹੋਇਆ ਇਹਦੇ ਲਈ ਸਰਕਾਰ ਨੂੰ ਗੰਭੀਰ ਹੋਣਾ ਪਊਗਾ, ਹੈਲਥ ਮਿਨਿਸਟਰ ਨੂੰ ਗੰਭੀਰ ਹੋਣਾ ਪਊਗਾ, ਸਾਰੇ ਡਿਪਾਰਟਮੈਂਟ ਨੂੰ ਗੰਭੀਰ ਹੋਣਾ ਪਊਗਾ, ਨਹੀਂ ਇੱਥੇ ਨੁਕਸਾਨ ਵੱਡੇ ਹੋਣਗੇ। ਦੇਖੋ ਮੇਰੇ ਹਿਸਾਬ ਨਾਲ ਲੋਕਲ ਸੈਲਫ ਗੌਰਮੈਂਟ ਦੇ ਵਜ਼ੀਰ ਨੂੰ ਹੀ ਹੋਣਾ ਚਾਹੀਦਾ ਸੀ, ਕਸੂਰ ਕਿਹਦਾ? ਉਹਨਾਂ ਦੇ ਡਿਪਾਰਟਮੈਂਟ ਦਾ। ਜਵਾਬ ਕੌਣ ਦੇਣਗੇ? ਉਹ ਦੇਣਗੇ। ਅਤੇ ਜਿਹੜਾ ਅਸੀਂ ਸਵਾਲ ਕੀਤਾ ਸਸਪੈਂਸ਼ਨ ਦਾ, 24 ਘੰਟੇ ਹੋ ਗਏ ਹਾਲੇ ਤਾਈਂ ਮੰਤਰੀ ਜੀ ਨੇ ਉਹਦੇ 'ਤੇ ਮੈਂ ਤਾਂ ਕੋਈ ਪ੍ਰਤੀਕਿਰਿਆ ਨਹੀਂ ਦੇਖੀ। 2 ਦਿਨ ਦਾ ਅਲਟੀਮੇਟਮ ਆ, ਉਹਦੇ ਬਾਅਦ ਰੋਜ਼ ਵਜੋਂ ਅਸੀਂ ਇੱਥੇ ਰੋਜ਼ 1-2 ਘੰਟੇ ਬੈਠਾ ਕਰਾਂਗੇ। ਯਾਰੋ ਤੁਸੀਂ ਕੰਟਰੋਲ ਦੀ ਗੱਲ ਕਰ ਰਹੇ ਹੋ, ਆਹ ਹੰਸ ਦਾ ਵਾਰਡ ਨੰਬਰ ਕਿੰਨਾ? 45 ਨੰਬਰ ਵਾਰਡ ਆ, ਉੱਥੇ ਵੀ ਕੰਟੈਮੀਨੇਸ਼ਨ ਆ। ਉਹ ਸਾਰੇ ਮਹੱਲੇ ਜਿਹੜੇ ਸਾਡੇ ਐਸੀ ਮਹੱਲੇ ਆ ਨਾ, ਸਾਰਿਆਂ 'ਚ ਕੰਟੈਮੀਨੇਸ਼ਨ ਆ। ਇਹ ਜੇ ਆਊਟਬ੍ਰੇਕ ਹੋ ਗਈ ਸਰਕਾਰ ਲਈ ਬੜੀ ਵੱਡੀ ਐਮਬੈਰਸਮੈਂਟ ਹੋਏਗੀ, ਔਰ ਮੈਂ ਸਮਝਦਾ ਕਿ ਲੋਕਾਂ ਦਾ ਰੋਸ, ਉਹਨਾਂ ਨੂੰ ਇਨਸਾਫ ਦੇਣ ਲਈ ਇਮੀਜੀਏਟ ਸਸਪੈਂਸ਼ਨ ਆਫ ਦੀ ਕਮਿਸ਼ਨਰ ਇਜ਼ ਵੈਰੀ ਇੰਪੋਰਟੈਂਟ, ਐਂਡ ਨਾਲ ਦੀ ਨਾਲ ਇਨਕੁਆਇਰੀ ਕਰਾਓ, ਔਰ ਪਰਚਾ, ਯੋਗ ਪਰਚਾ ਇਮੀਜੀਏਟਲੀ ਕਰ ਦੇਣਾ ਚਾਹੀਦਾ।